मानयोग डीजीपी साहब पंजाब श्री गौरव यादव जी आईपीएस जी के हदायत अनुसार श्री हरचरण सिंह भुल्लर डीआईजी बठिंडा रेंज बठिंडा जी दिया निगरानी हेठ ते मैडम अमनीत कौंडल एसएसपी साहब बठिंडा जी के दिशा निर्देशों से अज नशियां के खिलाफ चलाई हुई मुहिम नूं उस समय बड़ा हंगारा मिलिया जदों इंस्पैक्टर सरबजीत कौर ने एक व्यक्ति जिहड़ा हैगा जो कि ठेका आधार से जिहड़ा सिविल हस्पताल तलवंडी विखे कंप्यूटर ऑपरेटर के तौर पर काम करता है उन्होंने 300 गोलियां के नाल जिहड़ा हैगा अरैसट किया हैगा तो यह जिहड़ा हैगा इहदे तो इसकी 300 गोलियां की जिहड़ी हैगी है रिकवरी कराई है। इस पर एक एफ आई आर नंबर 155 मिति 10/10/24 अंडर सैक्शन 22-85 NDPS एक्ट थाना तलवंडी विखे दर्ज की। ਕਿੱਥੋਂ ਫੜਿਆ ਇਹ ਮਤਲਬ ਪੁਲਿਸ ਨੂੰ ਕਿਵੇਂ ਪਤਾ ਲੱਗਿਆ ਜਾਂ ਮਤਲਬ ਡਿਊਟੀ ਤੋਂ ਬਾਅਦ ਜਾਂ ਕਿਸ ਤਰ੍ਹਾਂ ਫੜਿਆ ਇਹ ਮੁਲਾਜ਼ਮ ਜਿਹੜਾ ਸਰਕਾਰੀ ਲੱਗਾ ਸੀ? ਇਹ ਦੇਖੋ ਸੀਕ੍ਰੇਟ ਬੇਸ 'ਤੇ ਜਿਹੜੀ ਹੈਗੀ ਹੈ ਸੀਕ੍ਰੇਟ ਇਨਫੋਰਮੇਸ਼ਨ ਸੀ ਸਾਡੇ ਕੋਲ ਜਿਹਦੇ ਬੇਸ 'ਤੇ ਇਹਨੂੰ ਜਿਹੜਾ ਹੈਗਾ ਅਸੀਂ ਵਾਚ ਕਰ ਰਹੇ ਸੀਗੇ ਅਤੇ ਇਹ ਛੁੱਟੀ ਕਰਕੇ ਜਦੋਂ ਬਾਹਰ ਨਿਕਲਣ ਲੱਗਿਆ ਤਾਂ ਇਹਦੇ ਹੱਥ 'ਚ ਇੱਕ ਮੋਮੀ ਲਿਫਾਫਾ ਜਿਹੜਾ ਹੈਗਾ ਉਹ ਫੜਿਆ ਹੋਇਆ ਸੀਗਾ ਜਿਹਦੇ ਬੇਸ 'ਤੇ ਇੰਸਪੈਕਟਰ ਸਾਹਿਬ ਨੇ ਜਿਹੜਾ ਹੈਗਾ ਇਹਨੂੰ ਜੀਓ ਦੀ ਹਾਜ਼ਰੀ ਦੇ ਵਿੱਚ ਡਾਕਟਰ ਸਾਹਿਬ ਦੀ ਇੱਕ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਇਹਨੂੰ ਗ੍ਰਿਫਤਾਰ ਕੀਤਾ ਹੈ। ਨਸ਼ੇੜੀ ਵਿਅਕਤੀਆਂ ਦੀਆਂ ਹੈਗੀਆਂ ਜਿਹੜੀਆਂ ਇਹਦੇ ਕੋਲ ਨੋਟ ਸੀਗੀਆਂ ਜਿਹਦੇ ਬੇਸ ਤੇ ਇਹ ਜਿਹੜਾ ਆਪਣਾ ਹੋਸਪਿਟਲ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਆਨਲਾਈਨ ਟ੍ਰਾਂਸਫਰ ਕਰ ਲੈਂਦਾ ਸੀ ਤੇ ਉਹ ਗੋਲੀਆਂ ਜਿਹੜੀਆਂ ਹੈਗੀਆਂ ਬਾਹਰ ਲਿਜਾ ਕੇ ਮਹਿੰਗੇ ਰੇਟਾਂ ਤੇ ਜਿਹੜਾ ਹੈਗਾ ਵੇਚਦਾ ਸੀਗਾ। ਨੀਅਰ ਅਬਾਊਟ ਇਹਦਾ ਜਿਹੜਾ ਪਤਾ ਲੱਗਿਆ ਇਹਨੇ ਦੱਸਿਆ ਵੀ ਉਹ ਪਤਾ ਜਿਹੜਾ ਹੈਗਾ ਕਰੀਬ 10 ਗੋਲੀਆਂ ਦਾ ਜਿਹੜਾ ਉਹ 500 ਰੁਪਏ ਦਾ ਇੱਕ ਪਤਾ ਵੇਚਦਾ ਸੀਗਾ। ਇਹ ਫ੍ਰੀ ਆਉਂਦੀਆਂ ਨਾ ਸਾਨੂੰ ਮਤਲਬ? ਹਾਂ ਇਹ ਜਿਹੜੀਆਂ ਹੈਗੀਆਂ ਪੰਜਾਬ ਸਰਕਾਰ ਦੀ ਸਕੀਮ ਦੇ ਤਹਿਤ ਇਹ ਜਿਹੜੀਆਂ ਹੈਗੀਆਂ ਗੋਲੀਆਂ ਬੁਪ੍ਰੋਨੋਰਫਿਨ ਇਹ ਜਿਹੜੀਆਂ ਹੈਗੀਆਂ ਸਿਰਫ ਸਰਕਾਰੀ ਕੋਰਟ ਸੈਂਟਰਾਂ 'ਚ ਜਿਹੜੀਆਂ ਹਸਪਤਾਲਾਂ ਦੇ ਵਿੱਚ ਜਿਹੜੀਆਂ ਹੈਗੀਆਂ ਮਿਲਦੀਆਂ ਇਹ ਨਸ਼ਾ ਛੁਡਾਉਣ ਲਈ ਜਿਹੜੀ ਹੈਗੀ ਬੇਸਿਕਲੀ ਇਹ ਦਵਾਈ ਦਿੱਤੀ ਜਾਂਦੀ ਹੈ ਪਰ ਕੁਛ ਲੋਕ ਜਿਹੜੇ ਹੈਗੇ ਆ ਇਹਦਾ ਗਲਤ ਇਸਤੇਮਾਲ ਕਰਦੇ ਆ ਤੇ ਇਹਨੂੰ ਜਿਹੜਾ ਹੈਗਾ ਅੱਗੇ ਮਹਿੰਗੇ ਰੇਟਾਂ ਤੇ ਵੇਚਦੇ ਹੈਗੇ ਆ। ਚਲ ਪਹਿਲਾਂ ਵੀ ਕੋਈ ਇਮਾਨਦਾਰ ਜੁਡੀਸ਼ੀਅਰੀ ਜਾਂ ਹੋਰ ਕੋਈ ਮਤਲਬ ਇਹਦੇ ਨਾਲ ਕੋਈ ਗਰੋਹ ਹੋ ਜਾਂ ਕਿਸ ਤਰ੍ਹਾਂ ਮਤਲਬ ਪਤਾ ਲੱਗਿਆ ਮੁੱਢਲੀ ਕੁਝ? ਇਹ ਦੇਖੋ ਇਹਦਾ ਪਤਾ ਲੱਗਿਆ ਵੀ ਪਹਿਲਾਂ ਰਾਮਪੁਰਾ ਵਿਖੇ ਇਹ ਜਿਹੜਾ ਹੈਗਾ ਆਪਣੀ ਡਿਊਟੀ ਕਰਦਾ ਸੀ ਉੱਥੋਂ ਵੀ ਇਹਦੀ ਸ਼ਿਕਾਇਤ ਦਰਜ ਹੋਈ ਸੀਗੀ ਤੇ ਬਾਕੀ ਜਿਹੜੀ ਹੈਗੀ ਇਹਦੀ ਪੜਤਾਲ ਕੀਤੀ ਜਾ ਰਹੀ ਹੈ। ਇੱਥੇ ਮੈਂ ਇਹ ਗੱਲ ਦੱਸਣੀ ਚਾਹੁੰਦਾ ਵੀ ਜਿਹੜੀਆਂ ਗੋਲੀਆਂ ਹੈਗੀਆਂ ਇਹ ਜਿਹੜੀਆਂ ਇਹਦੇ ਲਈ ਜਿਹੜਾ ਹੈਗਾ ਇਹ ਇਹਨਾਂ ਨੂੰ ਕੈਮਿਸਟ ਵੀ ਜਿਹੜਾ ਹੈਗਾ ਸਪੈਸ਼ਲ ਲਾਇਸੈਂਸ ਲੈ ਕੇ ਜਿਹੜਾ ਹੈਗਾ ਰੱਖ ਸਕਦੇ ਆ। ਇਹ ਉਹਨਾਂ ਅੱਠ ਦਵਾਈਆਂ ਜਾਂਦੀਆਂ ਵੀ ਇਹਦੇ ਲਈ ਕੋਈ ਸਪੈਸ਼ਲ ਲਾਇਸੈਂਸ ਜਿਹੜਾ ਹੈਗਾ ਉਹ ਬਣਵਾਉਣਾ ਪੈਂਦਾ ਹੈਗਾ। ਈਵਨ ਕੈਮਿਸਟ ਜਿਹੜੇ ਹੈਗੇ ਆ ਅਥਰਾਈਜ਼ਡ ਜਾਂ ਜਿਹਨਾਂ ਕੋਲ ਹੋਲਸੇਲ ਦਾ ਲਾਇਸੈਂਸ ਹੁੰਦਾ ਉਹ ਵੀ ਨਹੀਂ ਇਹਨੂੰ ਰੱਖ ਸਕਦੇ। ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦੁਕਾਨਦਾਰ ਹੈ ਜਾਂ ਸਰਕਾਰੀ ਮੁਲਾਜ਼ਮ ਕੋਈ ਜਿਹੜਾ ਹੈ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮਤਲਬ ਆਉਣ ਦੇ ਭਵਿੱਖ ਦੇ ਵਿੱਚ ਵੀ ਕਾਰਵਾਈ ਜਾਰੀ ਹੋਵੇ? ਦੇਖੋ ਮੈਂ ਇਹਦੇ ਵਿੱਚ ਸਮੂਹ ਜਿਹੜੇ ਹੈਗੇ ਆ ਨਸ਼ੇ ਦੇ ਸਮਗਲਰ ਇਹਨਾਂ ਨੂੰ ਮੈਂ ਹਦਾਇਤ ਦੇਣੀ ਚਾਹੁੰਦਾ। ਪਹਿਲਾਂ ਵੀ ਜਿਹੜਾ ਇਸ ਤੋਂ ਪਹਿਲਾਂ ਵੀ ਤਲਵੰਡੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਪਰਸੇਮ ਟੈਪੀ ਨਾਂ ਦਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਸਮਗਲਰ ਫੜਿਆ ਸੀ ਜਿਹਦੇ ਤੋਂ ਵੀ ਲੱਖਾਂ ਦੀ ਤਾਦਾਦ ਦੇ ਵਿੱਚ ਕਰੀਬ 5 ਕਰੋੜ ਦੇ ਕਰੀਬ ਦਾ ਜਿਹੜਾ ਹੈਗਾ ਸਮਾਨ ਅਸੀਂ ਫੜਿਆ ਸੀਗਾ ਤੇ ਉਹਦੀ ਵੀ ਜਿਹੜਾ ਹੈਗਾ ਨਸ਼ੇ ਦਾ ਜਿਹੜਾ ਲੱਕ ਤੋੜਤਾ ਸੀ ਜਿਹਦੇ ਨਾਲ ਮੌੜ ਤਲਵੰਡੀ ਰਾਮਪੁਰਾ ਮਾਨਸਾ ਬਠਿੰਡਾ ਵਿਖੇ ਜਿਹੜੀ ਸਪਲਾਈ ਨਸ਼ੇ ਦੀ ਜਿਹੜੀ ਹੈਗੀ ਆ ਉਹ ਬੰਦ ਹੋ ਗਈ ਸੀਗੀ ਤੇ ਹੁਣ ਵੀ ਜਿਹੜੀ ਹੈਗੀ ਹੈ ਇਹ ਵਿਅਕਤੀ ਜਿਹੜਾ ਹੈਗਾ ਇਹਨੂੰ ਫੜਨ ਨਾਲ ਜਿਹੜਾ ਹੈਗਾ ਹਸਪਤਾਲਾਂ ਦੇ ਵਿੱਚ ਜਿਹੜੇ ਵੀ ਮੁਲਾਜ਼ਮ ਜਾਂ ਜਿਹੜੇ ਵੀ ਵਿਅਕਤੀ ਉੱਥੇ ਜਿਹੜਾ ਹੈਗਾ ਕੋਈ ਦਵਾਈ ਦੀ ਜਿਹੜੀ ਹੈਗੀ ਹੈ ਹੇਰਾਫੇਰੀ ਕਰਦੇ ਆ ਜਾਂ ਅੱਗੇ ਸੇਲ ਕਰਦੇ ਆ ਉਹ ਜਿਹੜਾ ਹੈਗਾ ਇਹਦੇ ਨਾਲ ਮਤਲਬ ਸਾਵਧਾਨ ਰਹਿਣ ਅਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਜੇ ਕੋਈ ਇਹੋ ਜਿਹੀ ਹੇਰਾਫੇਰੀ ਕਰੂਗਾ ਤਾਂ ਉਹ ਜਿਹੜਾ ਉਹਨੂੰ ਬਖਸ਼ਿਆ ਨਹੀਂ ਜਾਊਗਾ। ਕਿਤੇ ਨਾ ਕਿਤੇ ਆਰਥਿਕ ਲੁੱਟ ਵੀ ਕਰਦਾ ਸੀ ਇਹ ਜੀ ਲੋਕਾਂ ਨੂੰ? ਆਰਥਿਕ ਲੁੱਟ ਇਹ ਹੈਗਾ ਦੇਖੋ ਜਿਹੜੀ ਇੱਕ ਗੋਲੀ ਫ੍ਰੀ ਮਿਲਦੀ ਹੈਗੀ ਹੈ ਉਹਨੂੰ 500 ਰੁਪਏ ਦਾ ਪੱਤਾ ਵੇਚਣਾ ਜਾਂ 50 ਰੁਪਏ ਦੀ ਇੱਕ ਗੋਲੀ ਵੇਚਣਾ ਇਹ ਆਰਥਿਕ ਲੁੱਟ ਹੀ ਹੈ। ਉਹ ਤੇ ਕੀ ਕਾਰਵਾਈ ਕਰੀ ਫਿਰ ਇਹਦੇ 'ਤੇ? ਕਾਰਵਾਈ ਜਿਹੜੀ ਹੈਗੀ ਇੱਕ ਐਫ ਆਈ ਆਰ ਨੰਬਰ 155 ਮਿਤੀ 10/10/24 ਅੰਡਰ ਸੈਕਸ਼ਨ 22-85 ਅਸੀਂ ਦਰਜ ਰਜਿਸਟਰ ਕੀਤੀ ਹੈ ਅਤੇ ਇਹਦੇ 'ਤੇ ਹੁਣ ਇਹਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਹਾਸਲ ਕੀਤਾ ਜਾਊਗਾ ਅਤੇ ਇਹਦੇ 'ਤੇ ਹੋਰ ਜਿਹੜੇ ਹੈਗੇ ਆ ਸੰਸਨੀ ਕੇ ਖੁਲਾਸੇ ਜਿਹੜੀ ਹੋਣ ਦੀ ਸੰਭਾਵਨਾ ਹੈਗੀ ਹੈ। ਸਰਕਾਰੀ ਮੁਲਾਜ਼ਮ ਇਹ ਜਿਹੜਾ ਠੇਕਾ ਆਧਾਰ 'ਤੇ ਜਿਹੜਾ ਹੈਗਾ ਉਹ ਭਰਤੀ ਕੀਤਾ ਹੋਇਆ ਹੈਗਾ। ਕੀ ਤੁਹਾਨੂੰ ਤਲਵੰਡੀ ਸਾਹਿਬ ਵਿੱਚ ਪ੍ਰੀ ਸਕੂਲ ਦੀ ਭਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ? ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਹਿਬ ਵਿੱਚ। ਤੁਹਾਡੇ ਬੱਚੇ ਇੱਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰੀਕੁਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇ 'ਚ ਸਿਖਾਈ ਜਾਂਦੀ ਹੈ। ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚੁਣੋ
एडमिशन लई स्क्रीन ते दित्ते नंबरां ते कॉल करो। याद रखो किड्जी तलवंडी साबो।